ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦਿਲਾਜ ਜੀ ਨਾ ਕੇਰੀ ਮੌਤ ਜੀ ਬੋਲੋ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦਿਲਾਜ ਜੀ ਨਾ ਕੇਰੀ ਮੌਤ ਰੱਖੀ ਗਰੀਬ ਦਿਲਾਜ ਜੀ ਨਾ ਕਰੀ ਮੌਥਾਜੀ ਰੱਖੀ ਗਰੀਬ ਦਿਲਾਜ ਜੀ ਨਾ ਕਰੀ ਮੌਥਾਜੀ ਅਰਦਾਸ ਕਰੀਏ ਜੀ ਹਰ ਪਾਸੋਂ ਮਹਾਰਾਜ ਪੜਦੇ ਟੱਕਿਆ ਰੱਖੀ ਗਰੀਬ ਦੀ ਹਰ ਪਾਸੋਂ ਪੜਦੇ ਟੱਕਿਓ ਮਹਾਰਾਜ ਤੁਹਾਡੇ ਲਈ ਕਿਹੜੀ ਬਹੁਤ ਵੱਡੀ ਗੱਲ ਹੈ ਨਾ ਕਰੀ ਮੌਥਾਜ ਮੌਥਾਜਗੀ ਬੜੀ ਮਾੜੀ ਹੈ ਸਾਸੰਗਤ ਬਹੁਤ ਮਾੜੀ ਅੰਮ੍ਰਿਤ ਵੇਲੇ ਦਾ ਸਮਾਂ ਅੰਮ੍ਰਿਤ ਵੇਲੇ ਦਾ ਸਮਾਂ ਹਜ਼ੂਰੀ ਵੀ ਸੱਚੇ ਦੀ ਹੋਵੇ ਸੱਚ ਦੀ ਹਜ਼ੂਰੀ 'ਚ ਬੈਠੇ ਹੋਈਏ ਫਿਰ ਸਾਧ ਸੰਗਤ ਭਾਵਨਾ ਦੇ ਨਾਲ ਅੰਦਰੋਂ ਭਾਵਨਾ ਦੇ ਨਾਲ ਅੰਦਰੋਂ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਰੱਖੀਆਂ ਹੋਈਆਂ ਕੋਈ ਪਤਾ ਨਹੀਂ ਪ੍ਰਵਾਨ ਹੋ ਜਾਣਾ ਖੋ ਸਤਨਾ ਪ੍ਰਵਾਨ ਹੋ ਜਾਓ ਮੌਜ ਹੈ ਨਾ ਮਾਲਕਾਂ ਦੀ ਸ਼ਬਦ ਦਾਸ ਨੇ ਸੋਚਿਆ ਸੀ ਲਗਾਉਣ ਲਈ ਰੋਗੀ ਕਾ ਪ੍ਰਭ ਖੰਡੋ ਰੋਗ ਅੱਜ ਦਾਸ ਨੇ ਆ ਸੋਚਿਆ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਚਲੋ ਕੰਸੈਪਟ ਉਹੀ ਰਹਿ ਗਿਆ ਕੰਸੈਪਟ ਉਹੀ ਪਰ ਖੇਡ ਹੈ ਇਹ ਆਪਣੀ ਸਤਿਗੁਰਾਂ ਦੀ ਸਤਿਗੁਰਾਂ ਦੀ ਆਪਣੀ ਖੇਡ ਹੈ ਮਤਾ ਕਰੇ ਪੱਛਮ ਕਹਿ ਤਾਂ ਹੀ ਪੂਰਬ ਹੀ ਲੈ ਜਾਤ ਸੋਚ ਕੇ ਭਾਵੇਂ ਕੁਝ ਹੋਰ ਬੈਠੀ ਦਾ ਫਿਰ ਇੱਥੇ ਆ ਕੇ ਬਾਹਾਂ ਸਾਧ ਸੰਗਤ ਖੜੀਆਂ ਹੋ ਜਾਂਦੀਆਂ ਮਾਲਕਾ ਸਰੈਂਡਰ ਜਿਵੇਂ ਤੁਹਾਨੂੰ ਭਾਵੇ ਆਪ ਜੀ ਜਪਾ ਲਿਓ ਜਿਵੇਂ ਤੁਹਾਨੂੰ ਭਾਵੇ ਆਪ ਜੀ ਬੁਲਾ ਲਿਓ ਜੋ ਤੁਸੀਂ ਬੁਲਾਉਣਾ ਤੁਸੀਂ ਬੁਲਾ ਹੀ ਲੈਣਾ ਜੋ ਤੁਸੀਂ ਜਪਵਾਉਣਾ ਹੈ ਜਪਾ ਹੀ ਲੈਣਾ ਮੇਰੀ ਮੌਜ ਸੀ ਆ ਸ਼ਬਦ ਲੱਗੇ ਗੁਰੂ ਰਾਮਦਾਸ ਮਹਾਰਾਜ ਦੀ ਮੌਜ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਮੌਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੌਜ ਕਿ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਕਰ ਆਖੋ ਸਤਨਾਮ ਤੀਜੇ ਪਾਤਸ਼ਾਹ ਦੀ ਮੌਜ ਮੇਰੇ ਸੇਵਕ ਦੀ ਮਹਿਮਾ ਕਰੋ ਪੰਜਵੇਂ ਗੁਰੂ ਨਾਨਕ ਦੀ ਮੌਜ ਮੇਰੇ ਮਾਲਕਾਂ ਦੀ ਮਹਿਮਾ ਕਰੋ ਆਖੋ ਸਤਨਾਮ
ਯਕੀਨ ਜਾਣਨਾ ਜਿਹੜੀ ਤੁਸੀਂ ਸਿਫਤ ਸਲਾਹ ਕੀਤੀ ਹੈ। ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਪਾਤਸ਼ਾਹ।